ਅੱਜ ਕਰ ਰਹੇ ਪੂਜਾ ਹੁੰਦਾ ਮਹਿਫਿਲ ਦੇ ਅੰਦਰ ਉਮਰੇ ਵਾਲੇ ਹਾਜੀ ਸਾਹਿਬਾਨ ਬੈਠੇ ਅੱਠ ਚ ਘਰ ਅਬੂ ਜਾ ਹੁੰਦਾ ਹੈ ਇਹਨੂੰ ਸਰਕਾਰ ਦਾ ਘਰ ਇਹਨੂੰ ਖਾਲਿਕ ਮਾਲਿਕ ਦਾ ਘਰ ਆਖੋ ਰਹਿਮਤ ਨਸੀ ਵਸ ਕਿਆ ਬਾਤ ਹੈ ਅਦੇ ਗਾਜ ਮੱਕੇ ਵਿੱਚ ਮਾਰ ਕੇ ਵਣ ਬੋਲੇ ਗਾਜ ਮੱਕੇ ਵਿੱਚ ਮਾਰ ਕੇ ਵਣ ਉਠਣਾ ਕਰਮਾ ਵਾਲਿਆਂ ਤੇ ਓਏ ਕੋਲ ਵਾਲਿਆਂ ਦੇ ਤਖਤ ਸਰੇ ਹੈ ਤੇ ਬਿਜਲੀ ਹਾਂ ਕਾਲਿਆਂ ਤੇ ਦਿਲ ਵਾਲੇ ਦੇਖ ਬਿਲਾਲ ਥੇ ਦਿਲ ਵਾਲੇ ਦੇਖ ਬਿਲਾਲ ਥੇ ਇਹ ਬਾਤ ਹੋਈ ਤੁਸੀਂ ਛੋਲ ਤੋਂ ਕਈ ਸਿੱਖ ਥੇ ਕਈ ਲਾਲ ਥੇ ਇਹ ਭਾਗ ਸੁਹਾਗ ਦੁਹਾਗ ਦੇ ਫਾਂਦੇ ਅੱਲਾ ਕੀ ਬਾਤ ਹੈ ਵਾਹ 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 ਆਏ ਅਬੂ ਜਹਲ ਬਿਲਕੁਲ ਨਜ਼ਦੀਕ ਸੁਭਾਨ ਅੱਲਾ ਖੁਦ ਸੱਕਾ ਚਾਚਾ ਠੀਕ ਹੈ ਨਾ ਸੱਕੀ ਸੱਕਾ ਚਾਚਾ ਇਹ ਤਾਂ ਵਲ ਰਿਸ਼ਤੇ ਜੋ ਦੂਰੋਂ ਲੱਗਦਾ ਥਿਆ ਨਾ ਤੇ ਉਹ ਸੱਕਾ ਚਾਚਾ ਹੈ ਲੇਕਿਨ ਆਪ ਸਰਕਾਰ ਇਹਨੇ ਅੱਲਾਹ ਤਾਲਾ ਨੇ ਫਰਮਾਇਆ ਮੈਂ ਨਹੀਂ ਲੈਂਦਾ ਕਿ ਤੇਰਾ ਰੁਖ ਚਿੱਟਾ ਐਸਾ ਤੇਰੇ ਕੋਲ ਠਹਿਰ ਮੈਂ ਤੇਰੇ ਤਾਂ ਮੇਰੇ ਨਾਲ ਮਹਬੂਬ ਨਾਲ ਪਿਆਰ ਹੈ ਕੀ ਬਾਤ ਹੈ ਮੇਰੇ ਮਹਬੂਬ ਨਾਲ ਪਿਆਰ ਹੈ ਜਾਂ ਕੋਈ ਨਾ ਔਰ ਪਿਆਰੇ ਮਹਬੂਬ ਅਲੈਹ ਸਲਾਤੁ ਵਸਲਾਮ ਦੇ ਪਾਕ ਨਾਮ ਨੂੰ ਤਵੱਜੋ ਫਰਮਾਓ ਇਹ ਵਸਤ ਕਰ ਲਤਾ ਨੇ ਆਪਣੀ ਲਾਰੇ ਕਿਤਾਬ ਦੇ ਅੰਦਰ ਫਰਮਾਇਆ ਉਹ ਮੇਰਾ ਮਹਬੂਬ ਪਰੇ ਨਹੀਂ ਤਵੱਜੋ ਹੈ ਸੁਭਾਨ ਅੱਲਾਹ ਨਬੀ ਲੋ ਆਉਲਾ ਬਿਲ ਮੁਮਿਨੀਨ ਬਿਲ ਅਸਮਾਨ ਬੇਸ਼ੱਕ ਨਖੜਾ ਮੂਮਿਨ ਤੋ ਹੈ ਜੇ ਹਯਾ ਤੇ ਤੈਬਾ ਦੀ ਬਿਸ਼ਾਰਤ ਹੈ ਸੁਭਾਨ ਅੱਲਾਹ ਤਵੱਜੋ ਹੈ ਸੀ ਕੁਰਾਨ ਪਾਕ ਚ ਹੈ ਮਨ ਅਮਲਾ ਸਾਲਿਹ ਮਿਨ ਜ਼ਕਰ ਅਲ ਉਨਸਾ ਵਾਹੁ ਵਾ ਮੂਮਿਨ ਫਲ ਨਹੀ ਜਨਹੁ ਹਯਾਤ ਸੁਭਾਨ ਆਪਣੇ ਤਾਂ ਆਪਣੇ ਪਰਾਏ ਲਿਖੀ ਬੈਠੇ ਜਦ ਤੋ ਹਜ਼ੂਰ ਨਾਲ ਮੁਹੱਬਤ ਹੈ ਇਸ ਹੁਜ਼ੂਰ ਨਾਲ ਬੈਠੇ ਹੈ ਮੁਹੱਬਤ ਹੈ ਤਵਲ ਜ਼ਿਆਰਤਾ ਪਿਆ ਥੀ ਝੂਠਾ ਨਾ ਪਈ ਮੈਂ ਗੁਲਾਮਾਂ ਨੇ ਗੁਲਾਮਾਂ ਨੇ ਗੁਲਾਮਾਂ ਨੇ ਗੁਲਾਮਾਂ ਨੇ ਗੁਲਾਮ ਲੇਕਿਨ ਕਿਆ ਫਰਮਾਇਆ ਮੈਂ ਗੁਲਾਮਾਂ ਨੇ ਗੁਲਾਮਾਂ ਨੇ ਗੁਲਾਮ ਸੋਹਣੇ ਮਹਬੂਬ ਦਾ ਆ ਜਿਹਦਾ ਕਲਮ ਖੁਦ ਬ ਖੁਦ ਲਿਖੇ ਸੱਚਾ ਜਿਹਦਾ ਕਲਮ ਲਿਖੇ ਸੱਚਾ ਜਿਹਦਾ ਨਾ ਲਿਖੇ ਉਹ ਝੂਠਾ ਪਰ ਪਿਆਰੇ ਮਹਬੂਬ ਅਲੈਹਿ ਸਲਾਤੁ ਵਸਲਾਮ ਦੇ ਪਾਕ ਗੁਲਾਮ ਉਹ ਕਿਆਮਤ ਤੱਕ ਕਾਦੀਆਂ ਕੋ ਸ਼ਕਸ਼ ਤੇ ਫਾਸ਼ ਮਿਲੀ ਬੇਸ਼ੱਕ ਕਿ ਅੰਦਰੋਂ ਹੀ ਨਾ ਨਿਕਲਿਆ ਅੰਦਰੋਂ ਹੀ ਨਿਕਲਿਆ ਵਾਹ ਕਿ ਸਾਡੇ ਅਸਲਾਫ ਨੇ ਸਾਡੇ ਬਜ਼ੁਰਗਾਂ ਨੇ ਆਪ ਜੀ ਦੇ ਬਾਰੇ ਅੱਲਾ ਦੇ ਕੁਰਾਨ ਪਾਕ ਵਿੱਚ ਇਹਨਾਂ ਫਰਮਾਇਆ ਉਹ ਜਿਹੜਾ ਮੀਡੀਆ ਕੋ ਦੇਖ ਸੋ ਤਵੱਜੋ ਹੈ ਸੁਭਾਨ ਅੱਲਾਹ ਜਦ ਮੀਡੀਆ ਕੋ ਦੇਖ ਸੋ ਜਦ ਮੀਡੀਆ ਕੋ ਦੇਖ ਸੋ ਬੋਲਕ ਕੇ ਨਹੀਂ ਤੇ ਦੇ ਸੋ ਤਾਂ ਸਾਰੇ ਤੇ ਦੇ ਤਵੱਜੋ ਹੈ ਅਸਾਂ ਸਾਰੇ ਤੇ ਦੇ ਹੈ ਫਰਮਾਇਆ ਵੱਲਜ਼ੀਨ ਯਬੀਤੂਨ ਅਲ ਰੱਬਹਿਮ ਤਵੱਜੋ ਫਰਮਾਓ ਨਾਉਸਨ ਦਮ ਪਲਾਸ ਕਰਾ ਕੁਰਾਨ ਸੁਣਦੇ ਯੋਨੀਲੋ ਬਹੀ ਕਸੀਰੋ ਵਯਹਦੀ ਬਹੀ ਕਸੀਰਾ ਤਵੱਜੋ ਹੈ ਸਰ ਮੇਰੇ ਮੁਹਤਰਮ ਇੰਟਰਨੈਟ ਤੇ ਆਇਆ ਖੜਾ ਤੇ ਜਿਹੜਾ ਦਿਲੋ ਪਰਸੀ ਉਹਦੀ ਮਜ਼ਾਰ ਤੇ ਚੁਣੂਗੀ ਸਾਰੀ ਜ਼ਿੰਦਗੀ ਬਸਰ ਜਿਹੜੀ ਕੀਤੀ ਹੈ ਉਹਦੇ ਫਰਮਾਨ ਦੇ ਮੁਤਾਬਿਕ ਸਾਰੀ
فرمایا وانا نزل من القرآن ما هو شفاء ورحمة للمؤمنين سبحان الله مؤمن واسطه شفاء توجہ ہے سبحان اللہ مؤمن واسطه شفاء تے رحمت ہے برکت ہے اور پیارے محبوب علیہ الصلوۃ والسلام دے پاک نے فرمایا قران پاک نے دسایا او جڑے اللہ والے نو مرتے نہیں ہاں توجہ ہے سبحان اللہ حضرت فخر الدین رازی بہت بڑے کامل مفسر تفسیر جڑے مرید ہوئے تھے نا حضرت نجم الدین کبری فاقیا کشی کرتے پنجی سال گزر گیا کہ میں علم حاصل کیا کرم علم واپس بلا پنجی سال پیر کو نہیں آخر وقت آ گیا بڑے بڑے مناظرے کے 360 دلیل پیش کی رد کر کیونکہ تکبر کی ہویا گیا میرا مرشد وسدا مینوں وچ حضور دسی میں جنہاں دے اندر عشق دی رتی او بنا شراب کھیوے ہو تے نام فقیر تے نام دا باہو تے قبر گنا دے جیوے جیوے واہ 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 میں جو قران نال جو پیار ہے اللہ والے دی او مردا نہیں کون کہتا ہے کہ مومن مر گیا وہ قید سے چھوٹا تھا مر گیا عزیز والے محترم اللہ تعالیٰ تو آپ کو بے کو سب کو سونے عمل کر کے توفیق عطا فرمائے اور فقیر دی آخری میں کوئی عالم باعث تو نہیں کہ بے کو بند آنا بس لیکن میرا آخری یہ ہوتے کہ ہاتھ کھڑے نہ کرو دست ہاتھ کھڑے نہیں کرنے چاہیے بلکہ دل سجے کن چان تھے جماعت تھوڑا جہا فرق تھوڑا ٹائم کو 50 سال گزرا دے اور پیارے محبوب میں آتا ہوں یاد ہے تو زمین نال محبت ہے نماز پڑھانی جو کو سرکار نال محبت ہے اپنی پوری کرے کیا بات ہے جو قیامت رہ جہارے سجا ویسے او محمدیو او محمدیو جیسا وال محمدی ہو تے وال فارقی ہو پالتی ہو بھی کھڑی ہو سکتا ہے انداز نہ کوئی فرمین ہے لیکن میں آج پہ کہنا پیارے محبوب تے پاک لب ہو سائے محمدی تے حضور دا صدقہ پاک میں ہوں سب کو سوڑے ہم آمین سم آمین قد جاہکم من اللہ نور و کتاب مبین پٹوار کرے قرآن پاک
एक उस लड़े ना करो कुरान को कुरान को पढ़ा करो इनाम अलैहु है मिन नबीन सिद्दीकीन व शहदाए व सालहीन अते आले सुन्नत का जरा सा लकब मिले ना ये आज तो नहीं अब जो जले काबा फिरे थे महबूब का सबका किबला तैन मस्जिद मदीना पे ये तैयबाज मौजूद है अल्लाह ताला हाजरी का शर्फ हासिल करके लबल कर हुजूर हसन सारे को और वो खटू मेहराब है वो अकासी पर मसलिया तवज्जो है ना فَمَا قَبْلَ رَا تَقَلُّبَ وَجْهِكَ فِي السَّمَاءِ فَلَنْ وَلِّ جَمْهَرَ قِبْلَكَ تَعْتَعْلَهَا جلے آپ کو سرکار رخ بدلائے قبلہ شریف کو اب انہیں حضور دے غلام پہ جوئے اللہ نے فرمایا محبوب اتنے صحابی بھی ہیں تے تیرے اہل سنت اہل سنت کا لقب سنت اللہ تعالیٰ کو ملے انشاءاللہ قیامت تک رہا ہوں اور سرکار فرمائے سارے کو ایک میجر ریٹائر تھی کیا ہے تو جنازہ پڑھا جماعت وڈی ہونی ہے حضور دی جماعت وڈی ہو رہی ہے انشاءاللہ سرکار دا صدقہ کرم تھی رہے کیونکہ اولیاء بھی ہوتے رہے تو صحابیہ دا عقیدہ پڑھے تو بھی ہوتے رہے اور پیارے محبوب علیہ السلام دے پاک علماء اللہ تعالیٰ پاک دے پسات کو سونے عمل کر دے توفیق عطا صدیق بنے تا یار سنی اور پیارے محبوب اور پیارے محبوب علیہ السلام دے پاک علماء سرکار حضرت صدیق اکبر رضی اللہ تعالیٰ عنہ جلے شام جو ہے نا تے آتے خواب بیان کے دلو جی میں آج کے طرح حضور میں کوئی موجودہ دکھوں اللہ کہ اللہ فرمائے وَعَلَّمَكَ مَا لَمْ تَكُنْ تَعْلَمْ تو پیارے محبوب علیہ السلام کو سنی اللہ تعالیٰ پاک میں سونے عمل کو توفیق عطا فرمائے عقیدہ دے تو صدیق والا عمر فاروق والا عثمان والا کوئی گل